तो उन्हें मलोए तार ने कहा कि भी ये जड़ा इंडियन स्टेट और सिखां दे विचाले फॉल्ट लाइन्स क्रिएट हो गई हैं, ये किसे वेले भी जड़ा है वो लावा फट सकता है, हाँ अर्थक्वेक ले आ सकती है, वो जड़ा जलजला आ सकता है। सो असी देख रहे हैं भी इन्हां वल्लों सिखां नूं जलील करन दी जड़ी प्रोसैस है वो तो बराबर जा रही है। असी कल भी जिक्र किया सी ऑपरेशन सील टूर थां थां नाके ला के ਤੁਸੀਂ ਗੱਡੀਆਂ ਦੇ ਜਿਹੜੇ ਨੇ ਉਹ ਬਾਕਸ ਖਲਾ ਖਲਾ ਕੇ ਘੰਟਿਆਂ ਬਧੀ ਕੋਈ ਵਿਆਹਾਂ ਦੀਆਂ ਗੱਡੀਆਂ ਨੇ ਜਾ ਰਹੇ ਨੇ, ਕੋਈ ਲੋਕ ਨੇ ਦੋ ਦੋ ਘੰਟੇ ਚਾਰ ਚਾਰ ਰੋਕ ਕੇ ਲੰਬੀ ਲਾਈਨ ਜ਼ਲੀਲ ਕਰ ਰਹੇ ਹੋ। 800 ਦੇ ਕਰੀਬ ਹਥਿਆਰਾਂ ਦੇ ਲਾਇਸੈਂਸ ਕੈਂਸਲ ਕਰਕੇ ਦੂਜਾ ਕਰਤਾ, ਮਾਰ ਕੁਟਾਈ ਮਨੀਕਰਨ ਤਾਂ ਕੀਤਾ ਹੀ ਸੀ, ਜਵਾਲਾ ਮੁਖੀ ਦਾ ਵੀ ਵੀਡੀਓ ਘੁੰਮ ਰਹੀ ਹੈ, ਫਿਰ ਅਸੀਂ ਦੇਖਦੇ ਹਾਂ ਯੂਪੀ 'ਚ ਵੀ ਵਾਕਿਆ ਹੋਇਆ, ਦਿੱਲੀ 'ਚ ਵੀ ਪਰਿਵਾਰ ਨਾਲ ਹੋਇਆ। ਸੋ ਇਹ ਕੋਈ ਐਵੇਂ ਨਹੀਂ ਹੈ, ਇਹ ਸਿਗਨਲਿੰਗ ਹੁੰਦੀ ਹੈ ਇਹਨਾਂ ਦੀ ਕਿ ਇਹਨਾਂ ਨੇ ਕੀ ਕਰਨਾ। ਔਰ ਕੱਲ੍ਹ ਜਿਹਦੀ ਜਿਸ ਖਬਰ ਨੂੰ ਕਿਤੇ ਅਸੀਂ ਦੇਖਿਆ ਕਿ ਵੀ ਕੋਈ ਬਹੁਤਾ ਡਿਸਕਸ ਨਹੀਂ ਹੋਇਆ, ਹਿਮਾਚਲ ਹਾਲਾਂ ਇਹ ਉਹਨਾਂ ਦੀ ਮੇਨ ਅਖਬਾਰ ਅਜੀਤ ਦੀ ਖਬਰ ਹੈ, ਹਿਮਾਚਲ ਨੇ ਖੁਦ ਨੂੰ ਦਰਿਆਈ ਪਾਣੀਆਂ ਦਾ ਮਾਲਕ ਐਲਾਨਣ ਲਈ ਚੁੱਪ ਚੁਪੀਤੇ ਪਾਸ ਕੀਤਾ ਆਰਡੀਨੈਂਸ। ਉਹਨਾਂ ਨੇ ਆਰਡੀਨੈਂਸ ਪਾਸ ਕੀਤਾ ਕਿ ਵੀ ਉਹਨਾਂ ਨੇ ਵਾਟਰ ਸੈਸ ਐਂਡ ਹਾਈਡਰੋ ਪਾਵਰ ਜਨਰੇਸ਼ਨ ਆਰਡੀਨੈਂਸ 2023 ਇਹ ਪਾਸ ਕੀਤਾ। ਉਹਨਾਂ 'ਚ ਕਿਹਾ, ਉਹਨਾਂ ਨੇ ਕਿਹਾ ਜੀ ਹਿਮਾਚਲ 'ਚ ਪੈਂਦੇ ਜਿੰਨੇ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਨੇ ਉਹਨਾਂ 'ਚੋਂ ਜਿੰਨੀ ਬਿਜਲੀ ਤਿਆਰ ਹੋ ਰਹੀ ਹੈ ਉਸ ਦੇ ਉੱਤੇ ਅਸੀਂ ਵਾਟਰ ਸੈਸ ਲਗਾਵਾਂਗੇ। ਔਰ ਕਿਉਂਕਿ ਉਸ ਦਾ ਜਿਹੜਾ ਕੰਟਰੋਲ ਹੈ ਉਹ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਹਿਮਾਚਲ ਦੇ ਵੀ ਨੁਮਾਇੰਦੇ ਨੇ, ਪਰ ਇਹਦੇ ਨਾਲ ਕਰੋੜਾਂ ਰੁਪਏ ਦਾ ਜਿਹੜਾ ਬੋਝ ਹੈ ਉਹ ਪੰਜਾਬ ਦੇ ਉੱਤੇ ਹੋਰ ਆ ਕੇ ਪਏਗਾ। ਹੁਣ ਇੱਕ ਪਾਸੇ ਮੰਗ ਤਾਂ ਕਦੋਂ ਦੀ ਹੋ ਰਹੀ ਹੈ, ਜਦੋਂ 2004 ਦੇ ਵਿੱਚ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਹੋਇਆ ਉਦੋਂ ਤੋਂ ਹੀ ਮੰਗ ਸੀ ਕਿ ਵੀ ਇਹ ਜਿਹੜਾ ਪੰਜਾਬ ਦਾ ਅੱਧਿਓਂ ਜ਼ਿਆਦਾ 3/4 ਪਾਣੀ ਰਾਜਸਥਾਨ ਔਰ ਹਰਿਆਣੇ ਨੂੰ ਜਾ ਰਿਹਾ ਹੈ, ਉਹਨਾਂ ਨੂੰ ਪੰਜਾਬ ਨੂੰ ਕਹੋ, ਪੰਜਾਬ ਉਹਨਾਂ ਨੂੰ ਕਹੇ ਕਿ ਵੀ ਉਹ ਪੇ ਕਰਨ ਨੂੰ ਉਹ ਮੁਫ਼ਤ ਜਾ ਰਿਹਾ। ਹਿਮਾਚਲ ਜਿਹੜਾ ਹੁਣ ਹਿਮਾਚਲ ਨੇ ਪਾਣੀ ਡੱਕ ਕੇ ਕਿੱਥੇ ਕਿਹਨੂੰ ਪਿਆਉਣਾ ਹੈ? ਅਲਟੀਮੇਟਲੀ ਪਾਣੀ ਤਾਂ ਜਿਹੜਾ ਫਲ ਨੀਵੇਂ ਨੂੰ ਲੱਗਣ ਹਮੇਸ਼ਾ ਪਾਣੀ ਨੀਵਾਂ ਬਹਿੰਦਾ ਹੈ, ਲੱਖ ਟਕਾਲ ਹੈ ਇਸ ਨੂੰ ਵਲੀਆ ਇਹ ਨਾ ਟਿੱਕ ਕੇ ਬਹਿੰਦਾ, ਪਾਣੀ ਨੂੰ ਕਿਹੜਾ ਉਹਨੇ ਉੱਤੇ ਨੂੰ ਚੜ੍ਹ ਜਾਣਾ। ਲੇਕਿਨ ਉਹਨਾਂ ਨੇ ਜਿਹੜੇ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਲੱਗੇ ਹੋਏ ਨੇ ਬਿਜਲੀ, ਉਹਨੂੰ ਕਿਹਾ ਜੀ ਇੱਥੇ ਅਸੀਂ ਟੈਕਸ ਲਾ ਰਹੇ ਨਹੀਂ ਤਾਂ ਤੁਹਾਨੂੰ ਬਿਜਲੀ ਨਹੀਂ ਦਿਆਂ, ਕਿਉਂਕਿ ਪਾਣੀ ਤਾਂ ਉਹ ਨਹੀਂ ਰੋਕ ਸਕਦੇ, ਬਿਜਲੀ ਤਾਂ ਰੋਕ ਸਕਦੇ ਨੇ। ਸੋ ਉਸ ਸਾਰੇ ਦੇ ਥੱਲੇ ਜਿਹੜਾ ਇਹ ਚੱਲ ਹੀ ਰਿਹਾ। ਲੇਕਿਨ ਪੰਜਾਬ ਤਾਂ ਸੁੱਤਾ ਹੋਇਆ, ਹਾਲਾਂ ਮੈਂ ਇਹ ਦੇਖ ਰਿਹਾ ਸੀ ਵੀ ਜਿਹੜਾ ਜੰਤਰ ਮੰਤਰ ਦੇ ਉੱਤੇ ਕਿਸਾਨਾਂ ਨੇ ਜਿਹੜਾ ਉਹ ਧਰਨਾ ਦਿੱਤਾ ਹੈ ਪਿਛਲੇ ਦਿਨਾਂ ਦਾ ਚੱਲ ਰਿਹਾ ਮਿਨੀਮਮ ਸਪੋਰਟ ਪ੍ਰਾਈਸ ਲਈ, ਦੂਜੇ ਉਹਦੇ 'ਚ ਉਹਨਾਂ ਨੇ ਕਿਹਾ ਡਿਸਕੰਟੀਨਿਊ ਵਾਟਰ ਟੂ ਅਦਰ ਸਟੇਟਸ ਐਨਸ਼ੋਰ ਮਿਨੀਮਮ ਸਪੋਰਟ ਪ੍ਰਾਈਸ ਡਿਮਾਂਡ ਪੰਜਾਬ ਫਾਰਮਰਸ ਹੋਲਡ ਪ੍ਰੋਟੈਸਟ ਮਾਰਚ ਇਨ ਨਿਊ ਡੈਲੀ। ਔਰ 5 ਫਾਰਮਰ ਯੂਨੀਅਨਸ ਨੇ, ਪਰ ਇਹਨਾਂ ਨੂੰ ਕੌਣ ਪੁੱਛਦਾ ਜਦੋਂ ਤੱਕ ਕਿ ਪੰਜਾਬ ਅਸੈਂਬਲੀ ਜੇ ਹਿਮਾਚਲ ਚੁੱਪ ਚੁਪੀਤੇ ਆਰਡੀਨੈਂਸ ਲਿਆ ਕੇ ਵਾਟਰ ਸੈਸ ਲਾ ਸਕਦਾ ਤੇ ਇਹਨਾਂ ਨੂੰ ਕੀ ਤਕਲੀਫ ਹੈ? ਹੁਣ ਇਹ ਜਿਹੜੀ ਜ਼ਲਾਲਤ ਲੁੱਟ ਖਸੁੱਟ ਸਾਰਾ ਕੁਝ ਚੱਲ ਰਿਹਾ, ਔਰ ਅੱਜ ਸੀ ਕਿ ਜੀ ਅੰਮ੍ਰਿਤਪਾਲ ਸਿੰਘ ਦਾ ਨੇੜਲਾ ਬੰਦਾ ਗ੍ਰਿਫਤਾਰ ਜੀ ਹਥਿਆਰ ਦੇ, ਔਰ ਦੂਜੇ 2 ਦੇ ਵੈਸੇ ਕੈਂਸਲ ਕੀਤੇ ਨੇ। ਔਰ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਭਾਈ ਉਹਨੇ ਕਿਹਾ ਵੀ ਜੋ ਠੀਕ ਹੈ ਜੇ ਸਾਡੇ ਹਥਿਆਰ ਲਾਓਗੇ ਜਾਂ ਦੂਜਾ ਕਰੋਗੇ ਤਾਂ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ ਜੀ, ਫਿਰ ਇਕੁਅਲ ਕੰਸੀਕੁਐਂਸਿਸ ਹੋਣਗੇ ਸਾਰਿਆਂ ਲਈ। ਪਰ ਜਿੰਨੀ ਜ਼ਲਾਲਤ ਔਰ ਹੁਣ ਮਤਲਬ ਉਹ ਭਗਵੰਤ ਮਾਨ ਰਾਜਸਥਾਨ ਤੁਰਿਆ ਹੋਇਆ, ਉਹਦੇ ਨਾਲ ਕੇਜਰੀਵਾਲ ਦੇ ਨਾਲ ਉੱਥੇ ਚੋਣਾਂ ਹੋਣੀਆਂ ਨੇ, ਔਰ ਜਿਹੜਾ ਈਵਨ ਇਸ਼ਤਿਹਾਰ ਦੇਣ ਦਾ ਬਜਟ ਹੈ ਪਿਛਲੀ ਸਰਕਾਰ ਦੇ ਵੇਲੇ ਜੇ ਉਹ 40 ਕਰੋੜ ਕੇ ਕਿੰਨਾ ਸੀ, ਉਹ 600 ਕਰੋੜ ਕਰਕੇ ਉਹ ਪੈਸਾ ਲਟਾਇਆ ਜਾ ਰਿਹਾ ਦੋ ਹੱਥੀਂ। ਲੇਕਿਨ ਕੱਲ੍ਹ ਮੈਂ ਸਾਡੇ TV84 ਖਬਰਾਂ 'ਚ ਚੱਲ ਰਿਹਾ ਸੀ, ਹਾਲਾਂ ਹੈ ਤਾਂ ਉਹ RSS ਦਾ ਹੀ ਹੈ ਜਨਸੰਗੀ ਜਿਹੜਾ ਵਾਈਸ ਚਾਂਸਲਰ ਲਾਇਆ ਹੋਇਆ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ, ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਇੰਨੇ ਐਫਰਟ ਨਾਲ ਕਿਸੇ ਵੇਲੇ ਗਿਆਨੀ ਕਰਤਾਰ ਸਿੰਘ ਦੇ ਜ਼ਮਾਨੇ 'ਚ 1950 'ਚ ਹੋਣ 'ਚ ਆਈ, ਔਰ ਇਸ ਵੇਲੇ 2 ਲੱਖ ਦੇ ਕਰੀਬ ਉੱਥੇ ਸਟੂਡੈਂਟ ਪੜ੍ਹਦੇ ਨੇ, ਸਾਡਾ ਡਿਪਾਰਟਮੈਂਟ ਉਹਨਾਂ ਦਾ ਬਜਟ 400 ਕਰੋੜ ਦੇ ਕਰੀਬ ਹੈਗਾ, 400 ਜਾਂ 500, 200 ਕਰੋੜ ਫੀਸਾਂ 'ਚ ਇਕੱਠਾ ਹੁੰਦਾ, ਔਰ ਇਹਨਾਂ ਨੇ ਉਹਦਾ ਬਜਟ ਹੀ ਨਹੀਂ ਰੱਖਿਆ, ਬਹੁਤ ਥੋੜ੍ਹਾ 100 ਕਿੰਨਾ ਕਰੋੜ ਦਿੱਤਾ। ਉਹਨੇ ਕਿਹਾ ਵੀ ਯੂਨੀਵਰਸਿਟੀ ਬੰਦ ਹੋਣ ਦੇ ਕੰਢੇ। ਹੁਣ ਇੱਕ ਪਾਸੇ ਪੰਜਾਬ ਦਾ ਪੈਸਾ ਉਹ ਲਾਲਾ ਕੇਜਰੀਵਾਲ ਤੇ ਉਧਰ ਲਟਾਉਣ ਲੱਗਾ ਹੋਇਆ ਭਗਵੰਤ ਮਾਨ ਔਰ ਬਾਕੀ ਸਾਰੇ ਇੱਦਾਂ ਦੇ, ਦੂਸਰੇ ਪਾਸੇ ਅਸੀਂ ਕੌਮੀ ਜ਼ਲਾਲਤ ਵੀ ਦੇਖ ਰਹੇ ਹਾਂ, ਤੀਸਰੇ ਪਾਸੇ ਅਕਾਲੀ ਲੀਡਰਸ਼ਿਪ ਜਿਹੜੀ ਆ ਉੱਥੇ ਕੀ ਘੁੰਮ ਰਹੀ ਹੈ? ਉਹ ਉਡੀਕਦੇ ਨੇ ਵੀ ਅਮਿਤ ਸ਼ਾਹ ਆਵਾਜ਼ ਮਾਰੇ ਹਰਸਿਮਰਤ ਕੌਰ ਬਾਦਲ ਨੂੰ ਕਿ ਆ ਜਾਈਏ ਜੀ ਅਤੇ ਵਾਪਸ ਉਹਨੂੰ ਜੁਆਇਨ ਕਰਨ। ਸੋ ਹੁਣ ਇਸ ਸਾਰੇ ਥੱਲੇ ਅਸੀਂ ਇਸ ਨਵੇਂ ਵਰ੍ਹੇ 'ਚ ਗੱਲ ਕਰ ਰਹੇ ਹਾਂ, ਔਰ ਵੈਸੇ ਤਾਂ ਕਈ ਕਹਿਣਗੇ ਜੀ ਸ਼ੁਭ ਸ਼ੁਭ ਬੋਲਣਾ ਚਾਹੀਦਾ, ਪਰ ਸਾਡਾ ਅਸੀਂ ਸ਼ੁਭ ਹੀ ਬੋਲ ਰਹੇ ਹਾਂ ਕਿ ਭਾਈ ਸੱਚ ਬੋਲ ਰਹੇ ਹਾਂ, ਸੱਚ
कदे अशुभ नहीं हुंदा कि भी इन्ने चैलेंजेस दे सामने की कौम जदों असीं हुण नवां वरा ये सारे ही थावां दे उत्ते बड़ियां दीवान भी सजे ने और रात भी और अज भी कि जिहड़ा चैलेंज है कौम दे सामने उस नूं असीं समझदे हां किन्ना वड्डा है और इहदा हल अल्टीमेटली कौमी कार खालिस्तान नाल जुड़िया है कि साडी विल व्योंतबंदी उस दे लई इंफ्रास्ट्रक्चर और मेंटली प्रिपेयर होना। असीं जदों अकाली फूला सिंह दी याद नूं इह समागम जिहड़ा प्रोग्राम समर्पित कीता है तो जाहिर है कि उन्हां दी विल किन्ने कु उन्हां नाल 2000 3000 5000 किवें उन्हां ने हर चीज़ दे उत्ते वो हावी होए कौमी घर बनाउण दे लई अपने राज भाग नूं स्थापित करन लई परंपरावां नूं एस्टैबलिश करन लई क्योंकि दो रंगी नहीं सी बिल्कुल क्लीयर सिखी दा प्यार और कौम दे लई जूझण दा। तो जे इस किस्म दे डेडिकेटेड फ्यू हंड्रेड भी निकल आण तो बाकी तो फिर उन्हां दे रस्ते ते ही तुरदे ने और असीं एक बार फिर ये नवां वरा मुबारक कहिंदे आ। हालां मैं इहनूं इंटरप्रेट नहीं करांगा चेत दे महीना राग तुखारी च जिहड़ा गुरु नानक साहब दा शब्द है वो मैं जरूर दोहरावांगा। अच्छा। चेत बसंत भला पवर सुहावड़े बन फूले मंझ तबार मैं पिर कर बहुड़े पिर कर नहीं आवै तन क्यों सुख पावै बिरह विरोध तन छीजै कोकल अंब सुहावी बोलै क्यों दुख अंक सहीजै पवर पवंता फूली डाली क्यों जीवा मर माए नानक चेत सहज सुख पावै जे हर वार कर तन पाए। कि यही इस महीने का साडे लई गुरु साहब वालों आदेश है हुक्म है कि भाई इस बेशक बसंत बहार का ये महीना चार चफेरे जड़े भौरे ने वो फुलों के दुआले गेड़े देंदे ने सोहने लगते ने इस बार दे विच चार चफेरे जड़े ने चा फुल खिड़े हुए ने और इंतजार है कि मेरा पिर घर आए वो वाहगुरु मेरे दिल की सेज दे उत्ते आए। तो जे वो वाहगुरु नहीं मिलता तो रूह किवें सुकून च रह सकती है और उस बिरहा दे विछोड़े दी पीड़ दे विच तन छीजे चन जड़ा है वो बिल्कुल कमज़ोर हुंदा चला जा रहा है और एक पासे कोयल अंबां दे उत्ते बैठ के बोल रही है और इधर मैं उस प्यारे तो बिना अपने अंदर उस दुख नूं सहेड़ रही हैं और पौरे होण फुलां दी डाली दे उत्ते वो बैठते ने हे मेरी माँ मैं उस वाहिगुरु तो बिना किवें अपने जीवन नूं गुजारा। तो गुरु नानक साहब फरमाते ने कि चेत का महीना ये याद दहानी करवाता है कि जे असी उस वाहगुरु के प्यार दे विच उस दे सहज दे विच आउंदे हैं तो इस दे विच ही सुख है तो सुख उदों ही है जे हर वार घर धन पाए कि जे इस प्रभु प्यारा आके इस वियोग दे विच विराग विचली रूह नूं मिल पे यही आनंद है यही सुख है और यही चेत का महीना सानू फिर खुशियां और आनंद वाला साडे लई बणदा। जी डॉक्टर साहब तुहाडा बहुत बहुत शुक्रिया तुसीं अपने विचार साडे दर्शकां नाल सांझे कीते ने सो अपने व्यूअर्स कोल ने इजाजत व्यूअर्स सारे प्रोग्राम दा समय इत्थे समाप्त हुंदा है। तुसीं अपने राय ते सुझाव सानू भेजणा भुल्लना साडे इस पते ते sosatv.tv ते असीं अपना प्रोग्राम लै के फिर दुबारा तुहाडे सन्मुख होवांगे। तद तक लई मैनूं ते अपना दसणा गया दो देखदे रहो tv4 भुला दिओ फतेह वाहिगुरु जी का खालसा वाहिगुरु जी की फतेह रब रखा।